ਸੀ ਗੁਰੂਆਂ ਪੀਰਾਂ ਦੀ ਧਰਤੀ ਹੈ। ਬਹੁਤ ਸਾਰੇ ਅਨੇਕੋ ਪੀਰ ਪੈਗੰਬਰ ਇਸ ਦੁਨੀਆਂ 'ਤੇ ਆਏ ਜਿਨ੍ਹਾਂ ਨੇ ਕਿ ਵੱਖੋ ਵੱਖ ਕੌਤਕ ਦਿਖਾ ਕੇ ਦੁਨੀਆਂ ਨੂੰ ਹੈਰਾਨ ਹੀ ਨਹੀਂ ਕੀਤਾ ਬਲਕਿ ਧਰਮ ਦੇ ਰਸਤੇ ਦੇ ਨਾਲ ਵੀ ਜੋੜਿਆ ਹੈ। ਅਜਿਹਾ ਇੱਕ ਸਥਾਨ ਬਣਿਆ ਹੋਇਆ ਹੈ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਪੂਰੀ ਵਾਲੇ ਮਾਲੇਵਾਲ ਵਿਖੇ, ਜਿਸ ਸਥਾਨ ਨੂੰ ਜੰਬੂਜੀਤ ਮਹਾਰਾਜ ਜੀ ਦੇ ਸਥਾਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਬੈਕ ਸਾਈਡ ਉਸ ਸਥਾਨ ਦਾ ਮਨਮੋਹਕ ਦ੍ਰਿਸ਼, ਜੋ ਕਿ ਮਾਲੇਵਾਲ ਪੂਰੀ ਵਾਲੇ ਵਿੱਚ ਬਣਿਆ ਹੈ, ਜਿੱਥੇ ਕਿ ਬਹੁਤ ਸਾਰੀ ਦੁਨੀਆ ਇੱਥੇ ਨਤਮਸਤਕ ਹੋਣ ਲਈ ਪਹੁੰਚਦੇ ਨੇ, ਆਪਣੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ। ਸੋ ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਜੋ ਕਿ ਸੰਗਤਾਂ ਮੇਲੇ ਸਾਲਾਨਾ ਮੇਲੇ 'ਤੇ ਪਹੁੰਚਦੀਆਂ ਨੇ। ਆਓ ਹੁਣ ਤੁਹਾਨੂੰ ਇਸ ਦਰਬਾਰ ਦੇ ਦਰਸ਼ਨ ਵੀ ਕਰਾਵਾਂਗੇ ਅਤੇ ਇਸ ਪਵਿੱਤਰ ਜਗ੍ਹਾ ਬਾਰੇ, ਉਸ ਪਵਿੱਤਰ ਸੰਤ ਫਕੀਰ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਜੱਟਾਂ ਸੀ ਰੱਖਿਆ ਹੋਈਆਂ, ਉਹਨਾਂ ਦੇ ਕੋਲ ਆਏ ਕਿ ਬਾਬਾ ਜੀ ਮੈਨੂੰ ਤੁਹਾਡੀ ਔਂਸਰ ਵੱਛੀ ਦਾ ਦੁੱਧ ਚਾਹੀਦਾ ਹੈਗਾ। ਅਤੇ ਉਹਨਾਂ ਨੇ ਜਿਹੜੇ ਗਊਆਂ ਚਰਾਉਣ ਵਾਲੇ ਸੀ ਉਹ ਕਹਿਣ ਲੱਗੇ ਵੀ ਔਂਸਰ ਵੱਛੀ ਦੇ ਦੁੱਧ ਨਹੀਂ ਦਿੰਦੀ ਹੈਗੀ, ਇਹਦਾ ਦੁੱਧ ਤੁਹਾਨੂੰ ਕਿਵੇਂ ਦੇਦਾਂ। ਉਹ ਕਹਿੰਦੇ ਜੀ ਨਹੀਂ, ਮੈਨੂੰ ਤਾਂ ਇਹਦਾ ਹੀ ਦੁੱਧ ਚਾਹੀਦਾ। ਅਤੇ ਉਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਚਾਹੀਦਾ ਤਾਂ ਤੁਹਾਨੂੰ ਮਿਲ ਸਕਦਾ ਤਾਂ ਲੈ ਲਓ ਤੁਸੀਂ। ਉਹਨਾਂ ਨੇ ਕੀ ਕੀਤਾ, ਆਪਣੀ ਚਿੱਪੀ ਉਹਦੇ ਗਊ ਦੇ ਹੱਥ ਰੱਖਿਆ ਦੇ ਰੱਖ ਕੇ ਚਿੱਪੀ ਥੱਲੇ ਕਰਤੀ, ਤਾਂ ਚਿੱਪੀ ਆਟੋਮੈਟਿਕਲੀ ਦੁੱਧ ਦੇਣਾ ਭਰ ਗਈ। ਉਸ ਤੋਂ ਬਾਅਦ ਜਦੋਂ ਚੱਲਣ ਲੱਗੇ ਤਾਂ ਉਹਨਾਂ ਨੇ ਜਿਹੜੇ ਬਾਲ ਰੂਪ ਦੇ ਵਿੱਚ ਬਾਬਾ ਜੀ ਸੀਗੇ, ਜਿਹਨੂੰ ਅਸੀਂ ਸਿੱਧ ਬਾਬਾ ਜੰਮੂਜੀਤ ਜੀ ਕਹਿੰਦੇ ਹਾਂਗੇ, ਅਤੇ ਉਹਨਾਂ ਨੇ ਮਤਲਬ ਪੁੱਛਣ ਲੱਗੇ ਉਹਨੂੰ ਬਜ਼ੁਰਗ ਨੂੰ ਕਿ ਬਜ਼ੁਰਗਾ ਤੈਨੂੰ ਕੁਛ ਚਾਹੀਦਾ ਹੈਗਾ, ਮੰਗ ਲੈ ਜੇ ਕੁਛ ਮੰਗਣਾ। ਤਾਂ ਉਹ ਕਹਿੰਦਾ ਜੀ ਮੈਨੂੰ ਕੀ ਚਾਹੀਦਾ, ਮੈਨੂੰ ਤਾਂ ਕੋਈ ਲੋੜ ਨਹੀਂ ਹੈ। ਕਹਿੰਦਾ ਨਹੀਂ, ਪੁੱਛ ਲੈ, ਮੰਗ ਲੈ ਜੋ ਚਾਹੀਦਾ ਮੰਗ ਲੈ ਤੂੰ। ਉਹ ਕਹਿਣ ਲੱਗੇ ਜੀ ਮੈਨੂੰ ਗਊਆਂ ਨੂੰ ਪਾਣੀ ਪਿਲਾਉਣ ਵਾਸਤੇ ਬਹੁਤ ਦਿੱਕਤ ਆਉਂਦੀ, ਇੱਥੇ ਜੰਗਲ ਦੇ 'ਚ ਪਾਣੀ ਹੈ ਨੀਗਾ, ਅਤੇ ਤੁਸੀਂ ਮਤਲਬ ਇੰਨੀ ਕੁ ਮਿਹਰਬਾਨੀ ਕਰ ਦਿਓ ਮੈਨੂੰ ਪਾਣੀ ਮਿਲ ਜਾਵੇ। ਉਹ ਕਹਿੰਦੇ ਇੱਕ ਸੈਲ ਸੀ, ਪੱਥਰ ਪਿਆ ਸੀ ਕਾਫੀ ਵੱਡਾ, ਸੈੱਲ ਸੀਗੀ, ਉਹ ਸੈੱਲ ਚੱਕੀ। ਕਹਿੰਦਾ ਵੀ ਇਹਨੂੰ ਸੈੱਲ ਨੂੰ ਚੱਕ ਲਏ ਤਾਂ ਇਹ ਥੱਲੇ ਤੈਨੂੰ ਪਾਣੀ ਮਿਲ ਜਾਏਗਾ, ਅਤੇ ਪਰ ਦੱਸੀ ਕਿਸੇ ਨੂੰ ਨਾ, ਅਗਰ ਤੂੰ ਕਿਸੇ ਨੂੰ ਇਹ ਗੱਲ ਦੱਸ ਦਿੱਤੀ ਤਾਂ ਗਾਹਾਂ ਤੈਨੂੰ ਪਾਣੀ ਨਹੀਂ ਮਿਲੇਗਾ। ਉਸ ਤੋਂ ਬਾਅਦ ਉਹਨੂੰ ਡੇਲੀ ਉੱਥੇ ਪਾਣੀ ਪਿਲਾਉਣਾ ਸ਼ੁਰੂ ਕਰਤਾ। ਅਤੇ ਜਦੋਂ ਕਈ ਵਾਰ ਪਿੰਡਦਿਆਂ ਨੇ ਘਰਦਿਆਂ ਨੇ ਪੁੱਛਣਾ ਕਿ ਤੁਹਾਡੀਆਂ ਜਿਹੜੀਆਂ ਗਊਆਂ ਹੈਗੀਆਂ ਪਾਣੀ ਕਿੱਥੇ ਪੀਂਦੀਆਂ ਹੈ, ਤਾਂ ਉਹਨੇ ਬਹਾਨਾ ਮਾਰ ਦੇਣਾ, ਕਦੇ ਕਹਿਣਾ ਮੈਂ ਚੂੜ ਪਰ ਪਿਲਾ ਲਿਆ ਸੀ, ਕਦੇ ਕਹਿਣਾ ਮੈਂ ਚਨਿਆੜੀ ਕਲਾਂ ਦੇ ਵਿੱਚ ਪਿਲਾ ਲਿਆ ਸੀ। ਅਤੇ ਜਦੋਂ ਕਰਦੇ ਕਰਦੇ ਮਹੀਨਾ ਕੁ ਲੰਘ ਗਿਆ ਤਾਂ ਉਹਨੇ ਸੋਚਿਆ ਵੀ ਹੁਣ ਤਾਂ ਚਲੋ, ਹੁਣ ਕਿਹੜਾ ਪਾਣੀ ਸੁੱਕਣ ਲੱਗਿਆ ਉੱਥੇ। ਅਤੇ ਉਹਨਾਂ ਮਲ ਦੁਬਾਰਾ ਮਤਲਬ ਪਿੰਡ ਵਾਲੇ ਨੂੰ ਦੱਸ ਦਿੱਤਾ ਕਿ ਜੀ ਇੱਕ ਜੰਗਲ ਦੇ ਵਿੱਚ ਮੈਨੂੰ ਬਾਲ ਰੂਪ ਬਾਬਾ ਮਿਲਿਆ ਸੀਗਾ, ਅਤੇ ਉਹਨੇ ਆ ਕੇ ਮੈਨੂੰ ਆਹ ਕੁਛ ਕਿਹਾ, ਅਤੇ ਮੇਰੇ ਕੋਲ ਦੁੱਧ ਲੈ ਕੇ ਗਿਆ ਗਾਈਂ ਦਾ, ਅਤੇ ਮੈਨੂੰ ਪਾਣੀ ਇੱਥੇ ਮਿਲਣਾ ਸ਼ੁਰੂ ਹੋ ਗਿਆ। ਉਹ ਕਹਿੰਦੇ ਚਲੋ ਦੇਖੀਏ। ਜਦੋਂ ਉਹ ਜਾ ਕੇ ਉੱਥੇ ਦੇਖਣ ਲੱਗੇ ਤਾਂ ਉਹਨੇ ਸਿੱਲ ਚੱਕ ਕੇ ਦੇਖਿਆ, ਉੱਥੇ ਪਾਣੀ ਬਿਲਕੁਲ ਥਾ ਨਹੀਂ, ਪਾਣੀ ਬਿਲਕੁਲ ਖਤਮ ਹੋ ਗਿਆ ਸੀਗਾ। ਅਤੇ ਉਸ ਤੋਂ ਬਾਅਦ ਮਤਲਬ ਉਹਨਾਂ ਇੱਥੇ ਫਿਰ ਜਿਹੜੀ ਆ ਜਗ੍ਹਾ ਸੀਗੀ ਸਾਡੇ ਸਿੱਧ ਬਾਬਾ ਜੰਮੂਜੀਤ ਮੰਦਿਰ ਦੇ ਵਿੱਚ,
ਮੰਦਰ ਤੇ ਬਾਅਦ 'ਚ ਬਣਿਆ ਹੈਗਾ। ਪਹਿਲੇ ਪਰਲੀ ਉਹਨਾਂ ਦੇ ਆਪਣਾ ਟਿਕਾਣਾ ਦੱਸਿਆ ਸੀਗਾ, ਮੇਰਾ ਪਰਲੀ ਪਹਾੜੀ ਦੇ ਉੱਪਰ ਹੀ ਮੇਰਾ ਬੱਸ ਹੈਗਾ, ਮੈਂ ਇੱਥੇ ਰਹਿੰਦਾ ਹੈਗਾ। ਫਿਰ ਉਸ ਤੋਂ ਬਾਅਦ ਸਾਨੂੰ 1946 ਦੇ ਵਿੱਚ ਮਹਾਰਾਜ ਭੂਰੀ ਵਾਲੇ ਜਦੋਂ ਪਹਿਲੇ ਪਹਿਲੇ ਸਾਡੇ ਪਿੰਡ ਦੇ ਵਿੱਚ ਆਏ ਹੈਗੇ, ਉਹਨਾਂ ਨੂੰ ਵੀ ਸਾਡੇ ਪਿੰਡ ਦੇ ਵਸੀਮੇ ਦੇ ਉੱਤੇ ਉਹਨਾਂ ਨੂੰ ਵੀ ਉੱਥੇ ਰੋਕ ਲਿਆ ਸੀ ਉਹਨਾਂ ਨੇ, ਅਤੇ ਮਹਾਰਾਜ ਜੀ ਨੇ ਉੱਥੇ ਡੰਡੋਤ ਪ੍ਰਣਾਮ ਕੀਤੀ ਉਹਨਾਂ ਨੂੰ ਅਤੇ ਕਿਹਾ ਵੀ ਇਸ ਤਰ੍ਹਾਂ ਕਰਕੇ ਵੀ ਉਹਨਾਂ ਬਾਬਾ ਜੀ ਨੇ ਕਿਹਾ ਕਿ ਮੈਂ ਤਾਂ ਇੱਥੇ ਕਿਸੇ ਸੰਤ ਮਹਾਤਮਾ ਨੂੰ ਆਪਣੇ ਪਿੰਡ ਦੇ ਵਿੱਚ ਰਾਤ ਨਹੀਂ ਰਹਿਣ ਦਿੰਦਾ, ਤੁਸੀਂ ਇੱਥੇ ਕਿਵੇਂ ਆ ਗਏ? ਉਹਨਾਂ ਨੇ ਕਿਹਾ ਜੀ ਮੈਂ ਤਾਂ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਆ ਰਿਹਾ ਹਾਂਗਾ, ਵੀ ਲੋਕਾਂ ਨੂੰ ਚੰਗੀ ਸ਼ਿਕਸ਼ਾ ਹੀ ਦੇਵਾਂਗਾ, ਮੈਂ ਕੋਈ ਗਲਤ ਰਸਤੇ ਨਹੀਂ ਪਾਉਣਾ ਹੈ, ਇਸ ਕਰਕੇ ਤੁਸੀਂ ਮੈਨੂੰ 3 ਦਿਨ ਰਹਿਣ ਦੀ ਇਜਾਜ਼ਤ ਦਿਓ ਕਿ ਮੈਂ 3 ਦਿਨ ਇੱਥੇ ਪਾਠ ਕਰਿਆ ਕਰਾਂਗਾ, ਪਾਠ ਕਰਕੇ ਆਪਣੇ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਵਾਂਗਾ, ਹੋਰ ਸਿੱਧੇ ਨਾਮਦਾਨ ਦੇਵਾਂਗਾ। ਅਤੇ ਇਸ ਕਰਕੇ ਉਸ ਦਿਨ ਤੋਂ ਹੀ ਸਾਡੇ ਪਿੰਡ ਦੇ ਵਿੱਚ ਕੋਈ ਸੰਤ ਮਹਾਤਮਾ ਰਹਿਣ ਲੱਗਿਆ, ਅਦਰਵਾਈਜ਼ ਉਹ ਤੋਂ ਪਹਿਲੇ ਕੋਈ ਸੰਤ ਇੱਥੇ ਸਾਡੇ ਰਾਤ ਨਹੀਂ ਰਹਿੰਦਾ ਸੀਗਾ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਇੱਕ ਵਾਰ ਇੱਕ ਸੰਤ ਆ ਗਿਆ ਸੀਗਾ ਅਤੇ ਉਹਨੇ ਇੱਥੇ ਕੋਸ਼ਿਸ਼ ਕੀਤੀ ਰਹਿਣ ਦੀ, ਅਤੇ ਉਹਦੇ ਕਹਿੰਦੇ ਸਿਰਫ ਅਸੀਂ ਦੇਖੇ, ਸਾਨੂੰ ਦੇਖ ਕੁਛ ਨਹੀਂ ਰਿਹਾ ਸੀਗਾ, ਅਤੇ ਸਾਡੇ ਸਾਹਮਣੇ ਉਹ ਦਵਾਈ ਪਾ ਰਿਹਾ ਜਾ ਰਿਹਾ ਸੀਗਾ, ਹਾਏ ਮਰ ਗਿਆ, ਹਾਏ ਮਰ ਗਿਆ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਅਤੇ ਲੋਕਾਂ ਨੇ ਪੁੱਛਿਆ ਵੀ ਤੈਨੂੰ ਕੀ ਗੱਲ, ਤੇਰੇ ਨਾਲ ਤਾਂ ਕੋਈ ਕੁਛ ਹੈ ਨੀਗਾ। ਉਹ ਕਹਿੰਦਾ ਜੀ ਇੱਕ ਛੋਟਾ ਜਿਹਾ ਬਾਲ ਰੂਪ ਹੈਗਾ ਅਤੇ ਮੇਰੇ ਚਿਮਟੇ ਮਾਰ ਰਿਹਾ, ਮੈਨੂੰ ਕਹਿ ਰਿਹਾ ਤੂੰ ਇੱਥੋਂ ਬਾਹਰ ਨਿਕਲ ਜਾ, ਤੈਨੂੰ ਇੱਥੇ ਮੈਂ ਰਾਤ ਨਹੀਂ ਰਹਿਣ ਦੇਣਾ ਹੈਗਾ। ਇੰਨੀ ਹਿਸਟਰੀ ਸਾਨੂੰ ਇਹਦੇ ਬਾਰੇ ਪਤਾ ਸੀਗਾ, ਜਿਹੜੀ ਸਾਨੂੰ ਆਪਣੇ ਬਜ਼ੁਰਗਾਂ ਤੋਂ ਪਤਾ ਲੱਗੀ ਹੋਈ ਹੈ। ਕੌਣ ਚਲਾ ਰਿਹਾ ਜੀ? ਹਾਂਜੀ, ਹੁਣ ਇੱਥੇ ਦਾ ਪ੍ਰਬੰਧ ਕਿਵੇਂ? ਇੱਥੇ ਟਰੱਸਟ ਬਣਿਆ ਹੋਇਆ ਜੀ, ਅਤੇ 3 ਪਿੰਡ ਨੇ ਸਾਡੇ ਪਿੰਡ ਮਾਲੇਵਾਲ, ਬੂਥਗੜ੍ਹ ਅਤੇ ਝੰਡੂਗੜ੍ਹ, 3 ਪਿੰਡਾਂ ਦਾ ਮਤਲਬ ਟਰੱਸਟ ਬਣਿਆ ਹੋਇਆ ਹੈਗਾ, ਅਤੇ ਉਸ ਟਰੱਸਟ ਦੇ ਅਧੀਨ ਚੱਲਿਆ ਕੰਮ ਸਾਰਾ ਜੀ।